अस्सलाम वालेकुम उस्ताद जी। वालेकुम अस्सलाम। अस्सलाम वालेकुम सर। वालेकुम सलाम बेटी। लो उस्ताद जी कुड़ी आ गई जी। अच्छा आयो होइए। जी जी जी। लो जी इधर आए हैं असि क्लोज वहाया है बच्ची माशाल्लाह लग भी बैंकर ही रही है। बहुत अच्छे बेटे बड़ी अच्छी चॉइस ताडी तुसी ठीक किया सी ओ बच्ची बहुत अच्छी लगेगी। लो जी इस बच्ची दा क्लोज आया है बेटे घबराओ जरा। नहीं बेटे ज्यादा घबराने हैं। ਇਹ ਐਕਸਪ੍ਰੈਸ਼ਨ ਬਣ ਰਹੇ ਤੇ ਚੀਤਾ ਦੇਖੋ ਹੁਣ ਘਬਰਾਓ ਐ ਇਹ ਐਕਸਪ੍ਰੈਸ਼ਨ ਚਾਹੀ ਤੂੰ ਕਰੇ ਕਿਸੇ ਬਹਾਨੇ ਕੁੜੀ ਨੇ ਤੇ ਮੇਰੇ ਵੱਲ ਵੇਖਿਆ ਬਹੁਤ ਅੱਛੀ ਬੇਟੇ ਆ ਜਾਓ ਬੈਠੋ 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 ਬੇਟੇ ਬੈਠੋ ਬੇਟੇ ਲੋ ਜੀ ਅੰਸਾਰੀ ਡਰਾਈਵਿੰਗ ਸੀਟ ਤੋਂ ਥੱਲੇ ਉਤਰੇ ਆ ਰਹੇ ਨੇ ਨਕਾਬ ਕੀਤਾ ਹੈ ਵੀਰਾ ਸਾਹਿਬ ਮੈਂ ਨਕਾਬ ਨਹੀਂ ਜੇ ਕਰਨਾ ਮੈਂ ਦਮੇ ਦਾ ਮਰੀਜ਼ ਜੇ ਨਕਾਬ ਫਿਲਮ ਨਹੀਂ ਬਣਾਉਂਦਾ ਮੈਂ ਗੱਡੀ ਚ ਬੈਠਾ ਰਹਾਂਗਾ ਉਹ ਗੱਡੀ ਚ ਕਾਹਦੇ ਲਈ ਬੈਠਾ ਰਹਾਂਗਾ ਗੱਡੀ ਚ ਤੇ ਟੇਬਲ ਕੱਢ ਰਹੀ ਨਹੀਂ ਤੂੰ ਉੱਥੇ ਕਿਵੇਂ ਪਏਗਾ ਹੀਰਾ ਜੀ ਕਰ ਦਿਓ ਫਿਲਮ ਮੇਰੇ ਮੂੰਹ ਨੂੰ ਕਰ ਦਿਓ ਰਿਸ਼ਤਾ ਦੇਖਣ ਨਹੀਂ ਆਏ ਚਲੋ ਵਾਪਸ ਚਲੇ ਹੀਰਾ ਜੀ ਸੁਣਾਏ ਸਟੋਰੀ ਅੰਸਾਰੀ ਕੋ ਵੀ ਮਨਾ ਲੇਤੇ ਹੈ ਨਕਾਬ ਕਰਨੇ ਪਰ ਫਰੀਦ ਸਾਹਿਬ ਅਸਲ ਚ ਅੰਸਾਰੀ ਆਪਣੇ ਬੱਚੇ ਦੀਆਂ ਖੁਸ਼ੀਆਂ ਦਾ ਵੀ ਕਾਤਲ ਹੈ ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਬੱਚਾ ਇਹਦਾ ਜਿਹੜਾ ਇਸ ਫਿਲਮ ਦਾ ਹੀਰੋ ਹੈ ਔਰ ਇਹ ਹੀਰੋਇਨ ਬੈਠੀ ਜੇ ਗੁੜੀਆ ਇਹਨਾਂ ਦੇ ਮੁਸਤਕਬਲ ਦਾ ਸਵਾਲ ਹੈ ਇੰਡ ਕਹਿੰਦੀ ਕਰਨੀ ਇਹਨਾਂ ਦੀ ਵਜ੍ਹਾ ਤੋਂ ਆਏ ਨੇ ਫਿਲਮ ਜਦੋਂ ਓਪਨ ਹੋਈ ਹੈ ਪਹਿਲੇ ਫਰੇਮ ਵਿੱਚ ਦੋਵੇਂ ਸਿਰ ਜੋੜ ਕੇ ਬੈਠੇ ਨੇ ਪਬਲਿਕ ਸਮਝ ਰਹੀ ਹੈ ਕਿ ਆਪਣੀਆਂ ਜੂਆਂ ਟ੍ਰਾਂਸਫਰ ਕਰ ਰਹੇ ਨੇ ਹਲੇ ਐਸੀ ਗੱਲ ਨਹੀਂ ਇਹ ਦੋਵੇਂ ਬਹਿ ਕੇ ਸੋਚ ਰਹੇ ਨੇ ਕਿ ਸਾਡੀ ਸ਼ਾਦੀ ਕਿਵੇਂ ਹੋਏਗੀ ਬੱਚੀ ਕਹਿੰਦੀ ਹੈ ਮੇਰੇ ਵਾਲਦ ਨੇ ਕਹਿਤਾ ਹੈ ਤੇਰੀ ਸ਼ਾਦੀ ਮੈਂ ਕਿਸੇ ਕਰੋੜਪਤੀ ਘਰ ਚ ਕਰਨੀ ਮੁੰਡਾ ਕਹਿ ਰਿਹਾ ਮੇਰੇ ਕੋਲ ਤੇ ਟਗਾ ਨਹੀਂ ਹੈਗਾ ਕਿਉਂਕਿ ਮੁੰਡੇ ਦੀਆਂ ਜੇਬਾਂ ਜਿਹੜੀਆਂ ਨੇ ਜੀ ਸਾਈਡ ਵਾਲੀਆਂ ਕੁੜਤੇ ਦੀਆਂ ਅਸੀਂ ਬਾਹਰ ਕੱਢ ਕੇ ਲਟਕਾਈਆਂ ਨੇ ਅੱਛਾ ਉਹਦਾ ਅਸੀਂ ਕਲੋਥ ਲੈਣਾ ਹੈ ਤਾਂ ਕਿ ਪਤਾ ਲੱਗੇ ਕਿ ਜੇਬ ਚ ਟਗਾ ਨਹੀਂ ਹੈਗਾ ਉਹ ਹੁਣ ਬਹਿ ਕੇ ਸੋਚ ਰਹੇ ਨੇ ਮੁੰਡਾ ਕਹਿੰਦਾ ਫਿਰ ਕੀ ਕਰਾਂ ਕਿਵੇਂ ਅਮੀਰ ਹੋਵਾਂ ਬੈਂਕ ਲੁੱਟ ਲਵਾਂ ਇਹੋ ਹੀ ਕਲਿੱਕ ਕੀਤਾ ਇਹ ਹੀਰੋਇਨ ਨੂੰ ਕਹਿੰਦੀ ਹੈ ਬਿਲਕੁਲ ਠੀਕ ਹੈ ਬੈਂਕ ਲੁੱਟ ਲੈਣੇ ਇੱਥੇ ਤੇ ਬੈਂਕ ਡਕੈਤੀ ਦੀ ਸਕੀਮ ਬਣੀ ਹੈ ਤੇ ਉਹ ਕਹਿ ਰਹੇ ਮੈਂ ਨਕਾਬ ਨਹੀਂ ਕਰਨਾ ਨਾ ਕਰੋ ਜੀ ਭਾਈ ਜੀ ਨਾ ਕਰੋ ਚਲੋ ਜੇ ਇਹ ਗੱਲ ਹੈ ਤੇ ਮੈਂ ਕਰ ਲੈਣਾ ਨਕਾਬ ਹੁਣ ਤੈਨੂੰ ਦਮਾ ਨਹੀਂ ਹੈਗਾ ਮੈਨੂੰ ਨਖਰੇ ਕਰ ਕਰਕੇ ਬਹਾਨੇ ਇੱਕ ਤੈਨੂੰ ਕੰਮ ਦੇਣ ਨਏ ਆ ਉਹ ਮੈਂ ਤੇ ਪ੍ਰੋਡਿਊਸਰ ਨੂੰ ਕਦੀ ਸੈੱਟ ਤੇ ਨਹੀਂ ਆਉਣ ਦਿੰਦਾ ਵਾਹ ਵਾਹ ਅਸੀਂ ਤੈਨੂੰ ਨਾਲ ਸੀਨ ਕਰਾਉਣ ਡਏ ਆ ਤੂੰ ਅੱਗੋਂ ਨਖਰੇ ਕਰਨ ਨਹੀਂ ਉੱਥੋਂ ਬਾਰ ਬਾਰ ਮੈਨੂੰ ਆਪਣੀਆਂ ਬਿਮਾਰੀਆਂ ਸੁਣਾਉਣ ਡਏ ਆ ਮੈਂ ਡਾਇਰੈਕਟਰਾਂ ਕੋਲ ਡਾਕਟਰ ਤੇ ਨਹੀਂ ਨਾ ਲਓ ਜੀ ਵੈਗਨ ਚੋਂ ਉੱਤਰ ਕੇ ਸਾਰੀ ਕਾਸਟ ਬੈਂਕ ਚ ਵੜੀ ਹੈ ਇਹ ਅਸੀਂ ਕਲੋਜ਼ ਚ ਵਹਾਇਆ ਕਿ ਬੈਂਕ ਚ ਵੜ ਗਏ ਇਹ ਅੱਗੇ ਮੈਨੇਜਰ ਬੈਠਾ ਮੈਨੂੰ ਲੱਗਦਾ ਕਿ ਮੈਨੇਜਰ ਦਾ ਰੋਲ ਤੁਸੀਂ ਕਰ ਸਕਦੇ ਲਓ ਜੀ ਮੈਨੇਜਰ ਦੇ ਕੋਲ ਜਾ ਕੇ ਤੇ ਚੀਤੇ ਨੇ ਗਨ ਕੱਢ ਲਈ ਚੀਤੇ ਨੇ ਹੈਂਡਸ ਅਪ ਕਰਾਤਾ ਮੈਨੇਜਰ ਨੂੰ ਹੱਥ ਉੱਚੇ ਕਰੋ ਤੁਹਾਡੀ ਮਿਹਰਬਾਨੀ ਇੱਥੇ ਰੱਖਣਾ ਲਓ ਜੀ ਹੈਂਡਸ ਅਪ ਕਰਾਇਆ ਜਦੋਂ ਮੈਨੇਜਰ ਨੂੰ ਚੀਤੇ ਨੇ ਤੇ ਬਾਕੀ ਸਾਰੇ ਕਿਰਦਾਰ ਜਿਹੜੇ ਨੇ ਉਹ ਕੈਸ਼ੀਅਰ ਦੇ ਦਰਾਦਾਂ ਚੋਂ ਨੋਟ ਕੱਢ ਰਹੇ ਨੇ ਹੀਰੋ ਹੀਰੋਇਨ ਨੇ ਜਦੋਂ ਇੰਨੇ ਨੋਟ ਦੇਖੇ ਨੇ ਤੇ ਖੁਸ਼ੀ ਚ ਇਹਨਾਂ ਦਾ ਗਾਣਾ ਸ਼ੁਰੂ ਹੋਇਆ ਜੇ ਤੂੰ ਚਾਹੁੰਦੇ ਰਵਾਂ ਮੈਂ ਤੇਰੇ ਨਾਲ ਵੇ ਅੱਗ ਨੋਟਾਂ ਨੂੰ ਲਾ ਦੇ ਪਹਿਲਾ ਬੋਲ ਚੱਲਿਆ ਅੱਗ ਨੋਟਾਂ ਨੂੰ ਲਾ ਦੇ ਤੇ ਚੀਤੇ ਨੇ ਜੇਬ ਚੋਂ ਮਾਚਿਸ ਕੱਢ ਲਈ ਅੱਗ ਲਾਉਣ ਵਾਸਤੇ
ਅੰਸਾਰੀ ਦਾ ਧਿਆਨ ਪਿਆ, ਇਹਨੇ ਜੰਪ ਮਾਰ ਕੇ ਤੇ ਮਾਚਿਸ ਖੋਈ। ਹੀਰਾ ਜੀ, ਅੰਸਾਰੀ ਕੋਲੋਂ ਜੰਪ ਨਹੀਂ ਜੇ ਵੱਜਣਾ, ਕਿਸੇ ਹੋਰ ਕੋਲੋਂ ਜੰਪ ਮਰਵਾਉਣ ਤੇ ਮੈਂ ਨੋਟਾਂ ਨੂੰ ਅੱਗ ਲਾ ਦੇਣੀ ਜੇ। ਬੇਟੇ, ਜੰਪ ਤੇ ਮੈਂ ਐਵੇਂ ਸਟੋਰੀ ਸੁਣਾਉਣ ਵਾਸਤੇ ਵਿੱਚ ਪਾਇਆ ਏ, ਤੇਰੇ ਕੋਲ ਖਲੋਤਾ ਤੂੰ ਮਾਚਿਸ ਕੱਢੀ ਨੇ ਕਰਕੇ ਝਪੱਟਾ ਮਾਰ ਕੇ ਖੋਲੀ। ਪਰ ਤੁਹਾਨੂੰ ਪਤਾ ਹੈ ਕਿ ਝਪੱਟਾ ਮਾਰਨ ਦਾ ਮਾਸਟਰ ਹੈ ਅੰਸਾਰੀ। ਹੀਰਾ ਜੀ, ਜੇ ਇੰਜ ਹੀ ਕਰਨਾ ਤੇ ਅੰਸਾਰੀ ਰਹਿਣ ਦੇ, ਕੋਈ ਬਾਂਦਰ ਪਾ ਲਓ। ਕੀ ਮਤਲਬ? ਮੇਰਾ ਮਤਲਬ ਹੈ ਬਾਂਦਰ ਇੰਜ ਬਹੁਤ ਅੱਛਾ ਕਰਦਾ ਜੀ। ਇਹ ਗੱਲ ਤੂੰ ਸਮਝ ਹੀ ਨਹੀਂ ਰਿਹਾ, ਉਹ ਵਾਪਸੀ ਤੇ ਅੰਸਾਰੀ ਨਹੀਂ ਵੈਗਨ ਚਲਾਣੀ, ਬਾਂਦਰ ਤਰੀ ਨੇ ਚਲਾਏਗਾ। ਡਾਇਰੈਕਟਰ ਸਾਹਿਬ, ਮੈਨੇ ਮੇਜ਼ ਕੁਰਸੀ ਵੀ ਬੈਠੇ ਰਹਿਣਾ। ਬੇਟੇ, ਬੈਂਕ 'ਚ ਜਿਹੜੀ ਲੜਕੀ ਕੰਮ ਕਰਦੀ ਹੈ ਉਹ ਮੇਜ਼ ਕੁਰਸੀ ਤੇ ਬਹਿੰਦੀ ਹੈ, ਕੋਈ ਪੱਖੇ ਨਾਲ ਤਾਂ ਨਹੀਂ ਨਾ ਲਟਕੀ ਹੁੰਦੀ। ਹੁਣੇ ਦੇਖੋ ਤੁਸੀਂ, ਤੁਹਾਡਾ ਸਭ ਤੋਂ ਅਹਿਮ ਸ਼ਾਟ ਏ। ਜੀ ਹਾਂ, ਸਾਰੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹ ਡਰ ਕੇ ਤੇ ਨੀਮ ਬੇਹੋਸ਼ ਹੋ ਗਏ ਨੇ, ਸਿਰਫ ਕੱਲੇ ਤੁਸੀਂ ਹੋਸ਼ 'ਚ ਹੋ। ਤੁਸੀਂ ਐਡੇ ਦਲੇਰ ਹੋ ਕਿ ਤੁਸੀਂ ਹੋਸ਼ 'ਚ ਹੋ, ਔਰ ਤੁਸੀਂ ਖੁਦ ਦਰਾਜ 'ਚੋਂ ਸਾਰੇ ਪੈਸੇ ਕੱਢ ਕੇ ਤੇ ਡਾਕੂ ਨੂੰ ਕਿਹਾ ਭਾਂਡ ਡਾਕੂ ਇਹ ਵੀ ਲੈ ਜਾਓ। ਹੀਰਾ ਜੀ, ਮੈਂ ਬਹਿ ਜਾ, ਮੇਰਾ ਗਿੱਟਾ ਨਿਕਲਿਆ। ਬੈਠ ਜਾਓ ਬੇਟੇ, ਮੈਨੂੰ ਤਾਂ ਸਟੋਰੀ ਸੁਣਾਉਣ ਵਾਸਤੇ ਉੱਠਣਾ ਪੈਂਦਾ ਹੈ। ਬੈਠੋ ਬੈਠੋ ਬੈਠੋ। ਵਾਹ ਵਾਹ ਹੀਰਾ ਜੀ, ਪਾਕਿਸਤਾਨ ਮੇਂ ਇਤਨੇ ਜ਼ਿਆਦਾ ਡਾਇਰੈਕਟਰ ਹੈ, ਲੇਕਿਨ ਇਹ ਮਗਜ਼ ਕਿਸੀ ਹੋਰ ਕੇ ਪਾਸ ਹੋ ਹੀ ਨਹੀਂ ਸਕਤਾ। ਮੈਂ ਸਦਕੇ ਜਾਵਾਂ ਪੁੱਤਰ, ਤੂੰ ਅੱਖਾਂ ਲਾਏ ਨਜ਼ਰ ਆਲਾਏ, ਇਹ ਮੈਂ ਕਹਿੰਦਾ ਚਲੇ ਜਾਓ ਲਕਸ਼ਮੀ ਚੌਂਕ 'ਚ ਜੀ, ਉੱਥੇ ਟਕਾ ਟਕ ਦੀਆਂ ਕਈ ਦੁਕਾਨਾਂ ਨੇ, ਬਰਫ਼ਾਂ ਦੇ ਉੱਤੇ ਮਗਜ਼ ਲੱਗੇ ਨੇ, ਜਿੰਨਾ ਮਰਜ਼ੀ ਲੱਭੋਗੇ ਤੁਹਾਨੂੰ ਇਹ ਮਗਜ਼ ਨਹੀਂ ਲੱਭਣਾ। ਨਹੀਂ ਨਹੀਂ ਹੀਰਾ ਜੀ, ਹਮੇ ਆਪਕੇ ਇਲਾਵਾ ਕਿਸੀ ਕਾ ਮਗਜ਼ ਚਾਹੀਏ ਵੀ ਨਹੀਂ। ਮੈਂ ਸਦਕੇ ਜਾਵਾਂ। ਅੱਛਾ ਜੀ, ਮਗਜ਼ ਸਾਹਿਬ, ਆਗੇ ਸੁਣਾਏ, ਆਗੇ ਕੀ ਹੈ? ਜੀ ਜੀ, ਇਹ ਦੇਖੋ ਨਾ, ਅੱਗੋ ਫਿਲਮ ਦਾ ਕਲਾਈਮੈਕਸ ਸ਼ੁਰੂ ਹੋ ਗਿਆ। ਬੈਂਕ ਦੇ ਵਿੱਚ ਨਾਲ ਗਾਣਾ ਹੋ ਰਿਹਾ, ਨਾਲ ਨੋਟ ਨਿਕਲ ਰਹੇ ਨੇ ਦਰਾਜ਼ਾਂ ਦੇ ਵਿੱਚੋਂ, ਤੇ ਖੁਸ਼ੀ 'ਚ ਦੋ ਤਿੰਨ ਕਿਰਦਾਰਾਂ ਨੇ ਨੋਟ ਪੱਖਿਆਂ 'ਚ ਮਾਰਨੇ ਸ਼ੁਰੂ ਕਰ। ਇੱਕ ਮਿੰਟ ਹੀਰਾ ਜੀ, ਇਹ ਜਿੰਨੇ ਨੋਟ ਪੱਖੇ 'ਚ ਵੱਜੇ ਨੇ ਨਾ, ਇਹ ਸਾਰੇ ਮੈਂ ਇਕੱਠੇ ਕਰਨੇ ਨੇ। ਬਿਲਕੁਲ ਠੀਕ ਹੈ ਬੇਟੇ, ਮੇਰੇ ਜ਼ਿਹਨ 'ਚ ਸੀ ਕਿ ਤੂੰ ਨੋਟ ਬਹੁਤ ਤੇਜ਼ ਇਕੱਠੇ ਕਰਨਾ, ਤੂੰ ਹੀ ਇਕੱਠੇ ਕਰਨਾ। ਲਓ ਜੀ, ਸਾਰੇ ਨੋਟ ਇਕੱਠੇ ਕਰਕੇ ਮੈਂ ਇੱਕ ਚਾਦਰ 'ਚ ਬੰਨੇ ਨੇ, ਡਬਲ ਸ਼ੀਟ ਲੈ ਗਏ ਨੇ, ਡਬਲ ਬੈੱਡ ਵਾਲੀ, ਉਹਦੇ 'ਚ ਇੰਨਾ ਬੰਨ ਕੇ ਤੇ ਉੱਤੋਂ ਮਾਰੀਏ ਗੰਢ। ਲਓ ਜੀ, ਅੰਸਾਰੀ ਰੁਪਈਆਂ ਦੀ ਪੰਡ ਸਿਰ ਤੇ ਰੱਖ ਕੇ ਬੈਂਕ 'ਚੋਂ ਨਿਕਲਿਆ। ਵੈਗਨ ਦੇ ਕੋਲ ਆ ਕੇ ਇਹਨੇ ਹਲਕਾ ਜਿਹਾ ਪੰਡ ਨੂੰ ਉਛਾਲਿਆ, ਪੰਡ ਇਹਦੇ ਸਿਰ ਤੋਂ ਸਿੱਧਾ ਵੈਗਨ ਦੀ ਛੱਤ 'ਤੇ ਚੜਿਆ। ਬਾਕੀ ਸਾਰੇ ਕਿਰਦਾਰ ਵੈਗਨ ਦੇ ਵਿੱਚ ਬਹਿ ਗਏ ਨੇ। ਜੇ ਤੇ ਵੈਗਨ ਇੱਥੋਂ ਨਿਕਲ ਗਈ ਤੇ ਫਿਲਮ ਦਾ ਐਂਡ ਹੋ ਜਾਏਗਾ, ਜੇ ਉੱਤੋਂ ਪੁਲਿਸ ਆ ਗਈ ਤੇ ਸਾਰੀ ਕਾਸ ਦਾ ਦੀ ਐਂਡ ਹੋ ਜਾਏਗਾ। ਔਰ ਫਰੀਦ ਸਾਹਿਬ, ਇਹ ਵਾਹਿਦ ਫਿਲਮ ਜੇ ਜਿਹਦੇ ਚ ਗੈਟਅਪ ਆਰਟਿਸਟ ਨਹੀਂ ਚਾਹੀਦਾ, ਕਿਉਂਕਿ ਸਾਰਿਆਂ ਦੇ ਓਰਿਜਿਨਲ ਖੂਨ ਨਿਕਲਨੇ ਨੇ। ਓਰਿਜਿਨਲ ਖੂਨ? ਜੀ ਜੀ, ਇਸੇ ਗੱਲੋਂ ਤੇ ਤੁਹਾਨੂੰ ਕਿਹਾ ਸੀ ਕਿ ਮੁਨਫਰਦ ਫਿਲਮ ਹੈ, ਪਰ ਇਹ ਪਹਿਲੀ ਫਿਲਮ ਹੋਏਗੀ ਕਿ ਜਿਨ੍ਹਾਂ ਜਿਨ੍ਹਾਂ ਨੇ ਇਸ ਫਿਲਮ 'ਚ ਕੰਮ ਕੀਤਾ ਉਹ ਇਹ ਫਿਲਮ ਹੀ ਨਹੀਂ ਵੇਖ ਸਕਣਗੇ। ਮੈਂ ਆਰਾਮ ਨਾਲ ਮਾਈਕ ਸਾਈਡ ਤੇ ਰੱਖ ਕੇ ਦੁਕਾਨ ਚੋਂ ਨਿਕਲਾਂਗਾ, ਬਾਹਰ ਹੀ ਰੇੜੀ ਪਈ ਹੋਏਗੀ। ਮੈਂ ਉਹਦੇ ਉੱਤੇ ਹੱਥ ਟੀਂਗੇ ਕਰਕੇ ਬਹਿਣਾ ਤੇ ਆਵਾਜ਼ ਲਾਉਂਦਿਆਂ ਪੁਲਿਸ ਦੇ ਕੋਲੋਂ ਨਿਕਲ ਜਾਣਾ, 100 ਰੁਪਏ ਦਾ ਸਵਾਲ। ਅੱਲਾ ਤੇਰੀ ਖੈਰ ਕਰੇ, ਅੱਲਾ ਤੈਨੂੰ DSP ਕਰੇ, 100 ਰੁਪਈਆ ਦੇ ਸਖੀਆ, ਫੁੱਲ ਵੱਧ ਜਾਣੇ ਨੇ। ਵਾਕਈ ਹੀਰਾ ਸਾਹਿਬ, ਇਹੋ ਜਿਹਾ ਮਗਜ਼ ਤੇ ਮੈਂ ਕਦੀ ਬਰਫ਼ ਤੇ ਲੱਗਾ ਵੀ ਨਹੀਂ ਵੇਖਿਆ। ਸਾਰੀ ਤੂੰ ਕਿਉਂ ਬੋਲ ਰਹੀ ਹੈ, ਤੈਨੂੰ ਤੇ ਗੋਲੀਆਂ ਵੱਜ ਗਈਆਂ। ਨਾਜ਼ਰੀਨ, ਯਾਲੇ ਤੇ ਇੱਕ ਛੋਟਾ ਜਿਹਾ ਬ੍ਰੇਕ।
एक मिनट। अरे जी शुरू।